ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਅੱਜ ਐਤਵਾਰ ਅਤੇ ਦਿਨ 3 ਅਕਤੂਬਰ, ਅੱਜ ਅਸੀਂ ਚੱਲੇ ਹਾਂ ਮਿੰਨੀ ਗੋਆ। ਤੁਹਾਨੂੰ ਦਿਖਾਵਾਂਗੇ ਕਿ ਮਿੰਨੀ ਗੋਆ ਕਿੱਦਾਂ ਦਾ ਹੈ। ਮੇਰੇ ਨਾਲ ਆ ਮੇਰੇ ਦੋਸਤ ਕਰਨ ਸ਼ਰਮਾ, ਠੀਕ ਹੈ, ਜਿਨ੍ਹਾਂ ਦਾ ਚੈਨਲ ਹੈ ਸੋਚੋ ਸਮਝੋ ਜਾਣੋ, ਜਿਨ੍ਹਾਂ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਕਹਿਣ ਦੀ ਹੱਦ ਨਹੀਂ, ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਠੀਕ ਹੈ, ਆਹੀ ਪਿਆਰ ਜਿਹੜਾ ਉਹਨੇ ਆਪਣਾ ਗੁਰੀ ਭਾਈ ਨੂੰ ਵੀ ਦੇਣਾ। ਧੰਨਵਾਦ ਜੀ। ਇੱਕ ਸਾਡਾ ਵੀਰ ਰੋਬਿਨ ਚਾਲ ਸਾਹਿਬ, ਠੀਕ ਹੈ, ਵਿਹਲੇ ਬੰਦੇ ਆ, ਕੀ ਕਰੀਏ। ਇਹ ਸਾਡਾ ਡਰਾਈਵਰ ਹੈ ਜਿਹਦੇ ਕੋਲੋਂ ਗੱਡੀ ਸਿੱਖੀ ਹੈ, ਸਭ ਕੁਛ ਨਾਲ ਜਾ ਰਿਹਾ ਸਾਡੇ। ਚਲੋ ਵਲੋਗ ਸ਼ੁਰੂ ਕਰਦੇ ਹਾਂ। ਜਿਨ੍ਹਾਂ ਦੋਸਤਾਂ ਨੇ ਮਿੰਨੀ ਗੋਆ ਜਾਂ ਮੁਕਤੇਸ਼ਵਰ ਧਾਮ ਮੰਦਰ ਜਾਣਾ ਹੋਵੇ, ਮੈਂ ਰਸਤਾ ਦੱਸ ਦਿੰਦਾ। ਤੁਸੀਂ ਅੰਮ੍ਰਿਤਸਰ ਤੋਂ ਸਿੱਧਾ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਉੱਤੇ ਪੈ ਜਾਣਾ ਹੈ, ਠੀਕ ਹੈ। ਇਹ ਰੋਡ ਸਿੱਧਾ ਤੁਹਾਨੂੰ ਪਠਾਨਕੋਟ ਲੈ ਜਾਏਗਾ। ਇਹ ਰੋਡ ਤਕਰੀਬਨ 100-110 ਕਿਲੋਮੀਟਰ ਲੰਬਾ ਹੈ, ਜੋ ਸਿੱਧਾ ਪਠਾਨਕੋਟ ਨੂੰ ਜਾਂਦਾ ਹੈ। ਇਹ ਤੁਸੀਂ ਦੇਖ ਸਕਦੇ ਹੋ ਜੀ, ਅੰਮ੍ਰਿਤਸਰ ਪਠਾਨਕੋਟ ਟੋਲ ਪਲਾਜ਼ਾ। ਇਹ ਰੋਡ ਸਿੱਧਾ ਤੁਹਾਨੂੰ ਪਠਾਨਕੋਟ ਲੈ ਜਾਏਗਾ, ਅਤੇ ਪਠਾਨਕੋਟ ਤੋਂ ਅੱਗੇ ਮੁਕਤੇਸ਼ਵਰ ਧਾਮ ਮੰਦਰ ਦਾ ਰਸਤਾ ਹੈ। ਚਲੋ ਵੀਡੀਓ ਦੇਖਦੇ ਰਹੋ ਅਤੇ ਵੀਡੀਓ ਨੂੰ ਪੂਰਾ ਇੰਜੋਏ ਕਰੋ। ਪਠਾਨਕੋਟ ਦਾ ਟੋਲ ਪਲਾਜ਼ਾ ਕਰੋਸ ਕਰ ਚੁੱਕੇ ਹਾਂ, ਬਸ ਕੁਛ ਹੀ ਮਿੰਟਾਂ ਦੇ ਵਿੱਚ ਪਹੁੰਚ ਜਾਣਾ ਹੈ। ਡਰਾਈਵਰ ਵੀ ਚੇਂਜ ਹੋ ਚੁੱਕੇ ਆ, ਡਰਾਈਵਰ ਚੇਂਜ ਤਾਂ ਕੀਤਾ ਹੈ, ਮੈਂ ਥੱਕ ਹੋਰ ਗਰਮੀ ਬੜੀ ਹੋ ਗਈ ਹੈ, ਠੀਕ ਹੈ, ਤੈਨੂੰ ਹੱਥ ਲੱਗ ਗਏ ਜੇ ਹੋਇਆ ਜੀ, ਗੱਡੀ ਤੋਂ ਬਾਹਰ ਨਹੀਂ ਆਏ, ਗੱਡੀ 'ਚ ਬਾਹਰ ਜਾਵਾਂਗੇ ਫਿਰ ਪਤਾ ਲੱਗੇਗਾ ਅਸਲ ਵਿੱਚ ਗਰਮੀ ਕਿਹੜੀ ਹੈ। ਅਤੇ ਭਾਅ ਜੀ ਜੇਕਰ ਮਿੰਨੀ ਗੋਆ ਜਾਣਾ, ਮੈਂ ਤਾਂ ਕਹਿੰਦਾ ਜੇਕਰ ਮੌਸਮ ਥੋੜ੍ਹਾ ਠੰਡਾ ਹੋ ਜਾਵੇ ਤਾਂ ਫਿਰ ਤਾਂ ਦੀ ਬੈਸਟ, ਕਿਉਂਕਿ ਅਗਰ ਇਹ ਮੌਸਮ ਰਿਹਾ ਆਪਾਂ ਪਹਾੜਾਂ 'ਚ ਐਂਟਰ ਹੋ ਜਾਂਦੇ ਹਾਂ ਸਾਥ ਤੋਂ।
तुसी देख सकते हो कि यह मुक्तेश्वर धाम के मंदिर के बाहर का व्यू है, जो कि बहुत ही ज़्यादा खूबसूरत है। पहाड़ों के आले दुआले मंदिर है पूरा, आ तुसी देख सकते हो जी सारा बाहर का व्यू। आ मंदिर के बाद दूजा व्यू है, दूसरा व्यू पॉइंट है सामने, तुसी देख सकते हो रणजीत सागर डैम का पानी है। ਤੁਹਾਡੀ ਜਾਣਕਾਰੀ ਨਹੀਂ, ਮੈਂ ਇੱਕ ਹੋਰ ਗੱਲ ਦੱਸਦਾ। ਇਹ ਤੁਸੀਂ ਜੋ ਪੌੜੀਆਂ ਦੇਖ ਰਹੇ ਹੋ ਮੰਦਿਰ ਦੀਆਂ ਪੌੜੀਆਂ, 250 ਦੇ ਤਕਰੀਬਨ ਪੌੜੀਆਂ ਨੇ, 250 ਪੌੜੀਆਂ ਪਾਰ ਕਰਕੇ ਥੱਲੇ ਮੰਦਿਰ ਹੈ। ਵੀਡੀਓ ਦੇਖਦੇ ਰਹੋ। ਸੋ ਮੁਕਤੇਸ਼ਵਰ ਧਾਮ ਦੀ ਜਿਹੜੀ ਹਿਸਟਰੀ ਹੈ ਇਹ ਤਾਂ ਮੈਨੂੰ ਨਹੀਂ ਪਤਾ, ਲੇਕਿਨ ਕਰਨ ਭਾਜੀ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਅਸੀਂ ਕਰਨ ਭਾਜੀ ਕੋਈ ਪੁੱਛਦੇ ਹਾਂ ਕਿ ਹਿਸਟਰੀ ਹੈ ਇਹਦੀ। ਸਰ ਸਾਰੇ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਜਿਹੜੇ ਸਾਥੀਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਹਿਸਟਰੀ ਦਾ ਜੇ ਪਾਂਡਵਾਂ ਦੇ ਨਾਲ, ਯਾਨੀ ਕਿ ਮਹਾਂਭਾਰਤ ਦੇ ਟਾਈਮ ਤੋਂ ਹੀ ਗੁਫਾ ਹੈ। ਅਤੇ ਕਿਹਾ ਜਾਂਦਾ ਕਿ ਜਦੋਂ ਪਾਂਡਵ ਜਿਹੜੇ ਜੰਮੂ ਤੋਂ ਜੋ ਹੈ, ਜਦੋਂ ਉਹਨਾਂ ਨੂੰ ਗਿਆਤਵਾਸ ਮਿਲਿਆ ਸੀਗਾ ਕੌਰਵਾਂ ਵੱਲੋਂ, ਅਤੇ ਜੰਮੂ ਤੋਂ ਜੋ ਇੱਧਰ ਆਏ, ਅਤੇ ਤੁਸੀਂ ਉਹ ਗੁਫਾ ਵਿਖਾ ਦਿਓ ਆਪਣਾ ਮਿੱਠੂ ਭਾਈ। ਉਹ ਜਿਹੜੀ ਗੁਫਾ ਹੈ ਉਸ ਜਗ੍ਹਾ ਜੋ ਹੈ ਅੰਦਰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਸ਼ਿਵਲਿੰਗ ਜਿਹੜਾ ਸਥਾਪਿਤ ਕੀਤਾ ਗਿਆ, ਠੀਕ ਹੈ, ਠੀਕ, ਸ਼ਿਵਲਿੰਗ ਸਥਾਪਿਤ ਕੀਤਾ ਗਿਆ ਪਾਂਡਵਾਂ ਵੱਲੋਂ, ਅਤੇ ਨਾਲ ਹੀ ਉਹਦੇ ਵਿੱਚ ਦ੍ਰੋਪਦੀ ਦੀ ਰਸੋਈ ਹੈ। ਤੁਸੀਂ ਜਾ ਕੇ ਵੇਖੋਗੇ ਅਤੇ ਦ੍ਰੋਪਦੀ ਮਾਤਾ ਜਿਹੜੀ ਇੱਥੇ ਅੱਜ ਵੀ ਰਸੋਈ ਅਵੇਲੇਬਲ ਹੈ। ਇੱਥੇ 5 ਗੁਫਾਵਾਂ ਹੋਰ ਸੀਗੀਆਂ, ਹੁਣ ਜਿਹੜੀ ਹੈਗੀ ਆ ਅਪਰੋਕਸੀਮੇਟਲੀ ਮੇਰੇ ਹਿਸਾਬ ਨਾਲ 3 ਗੁਫਾ ਰਹਿ 3 ਗੁਫਾ, ਅਤੇ ਇਹਦੇ ਵਿੱਚ ਹੀ ਪਾਂਡਵਾਂ ਦੇ ਉੱਪਰ ਜਾ ਕੇ ਦੇਖੋਗੇ ਤੁਸੀਂ, ਅਤੇ ਉੱਪਰ ਜਿਹੜਾ ਹੈਗਾ ਪਾਂਡਵਾਂ ਦਾ ਇੱਕ ਹੋਰ ਗੁਫਾ ਹੈ, ਉੱਥੇ ਪਾਂਡਵਾਂ ਦੀ। ਦੋਸਤੋ ਮੈਂ ਤੁਹਾਨੂੰ ਦਿਖਾਊਂਗਾ, ਉਹ ਤੁਸੀਂ ਦੇਖ ਸਕਦੇ ਹੋ ਉੱਧਰਲੀ ਸਾਈਡ ਇੱਕ ਗੁਫਾ ਹੈ, ਇਹਦੇ ਬਾਰੇ ਅਸੀਂ ਉੱਪਰ ਜਾ ਕੇ ਤੁਹਾਨੂੰ ਦਿਖਾਊਂਗਾ। ਹਾਂਜੀ ਭਾਅ ਜੀ, ਅੱਗੇ। ਅਤੇ ਉਹ ਜਿਹੜੀ ਗੁਫਾ ਹੈ ਉੱਥੇ ਪਾਂਡਵਾਂ ਦਾ ਧਿਆਨ ਕਕਸ਼ ਹੈ, ਯਾਨੀ ਕਿ ਜਿਹੜਾ ਪਾਂਡਵ ਜਿਹੜੇ ਹੈ ਉਸ ਜਗ੍ਹਾ 'ਤੇ ਜਾ ਕੇ ਧਿਆਨ ਲਾਉਂਦੇ ਸੀਗੇ। ਜਦੋਂ ਤੁਸੀਂ ਉੱਪਰ ਵਾਲ ਦੇ ਉੱਪਰ ਦੇਖੋਗੇ ਤਾਂ ਪੂਰਾ ਜਿਹੜਾ ਹੈ ਹੈਂਡ ਦਾ ਸਟਰਕਚਰ ਹੈ, ਆਰਕੀਟੈਕਟ ਜਿਹੜਾ ਪੁਰਾਣਾ ਟਾਈਪ ਦਾ, ਉਹਦੇ ਵਿੱਚ ਇੱਕ ਫੁੱਲ ਟਾਈਪ ਬਣਿਆ ਜਿਸਦੇ ਥੱਲੇ ਬਹਿ ਕੇ ਬਿਲਕੁਲ ਜਿਹੜਾ ਹੈਗਾ ਪਾਂਡਵ ਯੁਧਿਸ਼ਠਿਰ ਵਗੈਰਾ ਜਿੰਨੇ ਜਲਸਾਨੇ ਸੀਗੇ ਉਹ ਮੈਡੀਟੇਸ਼ਨ ਕਰਦੇ ਸੀ। ਅਤੇ ਹੋਰ ਵੀ ਤੁਹਾਨੂੰ ਦੇਖਣ ਨੂੰ ਮਿਲਿਆ ਇੱਕ ਹੋਰ ਗੁਫਾ ਹੈ ਅਤੇ ਉਸਾਂ। ਦੋਸਤੋ ਤੁਹਾਨੂੰ ਦੱਸਦਾ ਇਹ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਨਾ, ਇਹ ਰਣਜੀਤ ਸਾਗਰ ਡੈਮ ਦਾ ਪਾਣੀ ਹੈ ਸਾਰਾ। ਇੱਥੇ ਪਹਿਲਾਂ ਬਹੁਤ ਜ਼ਿਆਦਾ ਪਾਣੀ ਸੀ, ਨਦੀ ਵਗਦੀ ਹੁੰਦੀ ਸੀ, ਜਿੱਦਾਂ ਕਰਨ ਭਾਅ ਜੀ ਦੱਸ ਰਹੇ ਆ ਕਿ ਇੱਥੇ ਬਹੁਤ ਜ਼ਿਆਦਾ ਸੀ। 2 ਮਹੀਨੇ ਪਹਿਲਾਂ ਹੀ ਆਇਆ, 2 ਮਹੀਨਿਆਂ ਦੇ ਅੰਦਰ ਸਾਰਾ ਇਹਨਾਂ ਡਿਵੈਲਪਮੈਂਟ ਕੀਤੀ ਹੈ ਸਾਰੀ, ਠੀਕ ਹੈ। ਅਤੇ ਜਿਸ ਤਰ੍ਹਾਂ ਇਹਨਾਂ ਨੇ ਲਗਾ ਕੇ ਬਲੋਕ ਕੀਤਾ ਹੈ ਪਾਣੀ, ਤੁਹਾਨੂੰ ਜਿਹੜਾ ਬਾਰਡਰ ਦਿਖ ਰਿਹਾ ਨਾ, ਇਹ ਜਿਹੜਾ ਬਾਰਡਰ ਦਿਖ ਰਿਹਾ ਚਿੱਟਾ ਚਿੱਟਾ ਪੱਥਰ ਦਿਖਦੇ ਨੇ, ਇਹ ਮੇਰੇ ਹਿਸਾਬ ਨਾਲ ਮਹਾਂ 2 ਮਹੀਨਿਆਂ ਦਾ ਕੰਮ ਹੈਗਾ, ਕਿਉਂਕਿ 2 ਮਹੀਨੇ ਪਹਿਲੇ ਜਦੋਂ ਮੈਂ ਆਇਆ ਸੀਗਾ ਉਸ ਟਾਈਮ ਇਹ ਚੀਜ਼ ਨਹੀਂ ਸੀਗੀ, ਹੁਣ ਇਹ ਚੀਜ਼ ਜਿਹੜੀ ਹੈ ਇਹਨਾਂ ਪਲੈਟਫਾਰਮ ਟਾਈਪ ਬਣਾ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਨੇ ਛੋਟੇ ਛੋਟੇ ਬਲੋਕ ਬਣਾ ਕੇ ਪਾਣੀ ਪੂਰਾ ਬਲੋਕ ਕੀਤਾ ਹੋਇਆ, ਠੀਕ ਹੈ, ਬਹੁਤ ਹੀ ਸੋਹਣਾ ਹੈ, ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ। ਪਰਲੇ ਪਾਸੇ ਤੁਹਾਨੂੰ ਪਹਾੜ ਨਜ਼ਰ ਆਉਣਗੇ। ਜਿਹੜਾ ਪਾਂਡਵਾਂ ਧਿਆਨ ਕਕਸ਼ਾ, ਪਾਂਡਵ ਇੱਥੇ ਬਹਿ ਕੇ ਜਿਹੜਾ ਹੈਗਾ ਆਪਣਾ ਮੈਡੀਟੇਸ਼ਨ ਕਰਦੇ ਸੀਗੇ, ਅਤੇ ਅੱਜ ਵੀ ਜਿਹੜਾ ਹੈਗਾ ਮੈਡੀਟੇਸ਼ਨ ਇੱਥੇ ਵੇਖ ਰਿਹਾ। ਤੁਸੀਂ ਅਗਰ ਜਾਓਗੇ ਜਦੋਂ ਇੱਕ ਰੂਮ ਦੇ ਵਿੱਚ ਉਸਦੇ ਬਿਲਕੁਲ ਉੱਪਰ ਵੇਖੋਗੇ ਤਾਂ ਇੱਕ ਆਰਕੀਟੈਕਚਰ ਬਣਾਇਆ ਉਸ ਟਾਈਮ ਦਾ, ਅਤੇ ਕਿਹਾ ਜਾਂਦਾ ਉਹਦੇ ਬਿਲਕੁਲ ਥੱਲੇ ਜਿਹੜਾ ਹੈਗਾ ਪਾਂਡਵ ਯਾਨੀ ਕਿ ਯੁਧਿਸ਼ਠਿਰ ਜਿਹੜੇ ਆ ਬਹਿ ਕੇ ਤਪੱਸਿਆ ਕਰਦੇ। ਉਸ ਤੋਂ ਦੂਜੀ ਗੁਫਾ ਦਾ ਪ੍ਰਵੇਸ਼ ਆਇਆ, ਲਿਖਿਆ ਵੀ ਹੋਇਆ ਪਾਂਡਵ ਧਿਆਨ ਕਕਸ਼ਾ। ਹੁਣ ਤੁਹਾਨੂੰ ਦੂਜੀ ਗੁਫਾ ਦਿਖਾਵਾਂਗੇ, ਦੂਜੀ ਗੁਫਾ ਤੋਂ ਬਾਅਦ ਤੀਜੀ ਗੁਫਾ ਇਸ ਸਾਈਡ ਹੈ, ਠੀਕ ਹੈ, ਫਿਰ ਤੋਂ ਬਾਅਦ ਤੀਜੀ ਗੁਫਾ 'ਤੇ ਜਾਵਾਂਗੇ। ਟੋਟਲ 5 ਗੁਫਾ ਸੀ ਜਿਵੇਂ ਕਰਨ ਭਾਅ ਜੀ ਦੱਸ ਰਹੇ ਨੇ, ਅਤੇ ਹੁਣ ਕੇਵਲ 3 ਹੀ ਗੁਫਾ ਰਹਿ ਚੁੱਕੀਆਂ ਨੇ ਇੱਥੇ, ਠੀਕ ਹੈ। ਪਹਿਲੀ ਗੁਫਾ ਦੇ ਵਿੱਚ ਤੁਸੀਂ ਦੇਖਿਆ ਸੀ ਸ਼ਿਵ ਭਗਵਾਨ ਦਾ ਸ਼ਿਵਲਿੰਗ ਦਾ ਮੰਦਿਰ ਸੀ, ਪਹਿਲੀ ਗੁਫਾ ਤੁਸੀਂ ਉਹ ਦੇਖ ਲਈਏ, ਦੂਜੀ ਗੁਫਾ ਨੂੰ ਰਸਤਾਇਆ ਜਾਂਦਾ ਹੈ, ਅਤੇ ਤੀਜੀ ਗੁਫਾ ਦਾ ਵੀ ਰਸਤਾ ਸੇਮ ਪੌੜੀਆਂ ਵਾਲਾ ਹੀ ਹੈ, ਲੇਕਿਨ ਉਹ ਇੱਕ ਸੈਪਰੇਟ ਬਣਾਇਆ ਗਿਆ। ਚੀਜ਼ ਦੱਸਣਾ ਚਾਹੁੰਦਾ ਵਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਾਂਡਵਾਂ ਦਾ ਅਗਿਆਤ ਕਕਸ਼ ਸੀ, ਮਤਲਬ ਉਹਨਾਂ ਨੇ ਕਿਸੇ ਨੂੰ ਆਪਣਾ ਸ਼ਕਲ ਨਹੀਂ ਦਿਖਾਉਣੀ ਸੀ, ਉਹਨਾਂ ਨੇ ਲੁਕਣ ਵਾਸਤੇ ਕੀ ਕੀਤਾ ਕਿ ਸਾਡੇ ਤਾਂ ਕੋਈ ਅਗਰ ਅਸੀਂ ਧਿਆਨ ਨਹੀਂ ਲੈਂਦੇ ਹੋਈਏ ਸਾਡੇ ਤਾਂ ਕੋਈ ਪਹੁੰਚ ਨਾ ਪਵੇ, ਅਤੇ ਦੇਖੋਗੇ ਆਹ ਫੁੱਟ ਸਟੈਪ ਬਣੇ ਹੋਏ ਨੇ, ਕੁਛ ਧਿਆਨ ਨਾਲ ਤੁਸੀਂ ਦੇਖੋਗੇ ਆਹ ਫੁੱਟ ਸਟੈਪ ਬਣੇ ਹੋਏ ਨੇ ਪਹਾੜ ਦੇ ਉੱਤੇ ਉੱਤੇ ਤੱਕ। ਆਹ ਦੇਖੋ ਇਹ ਜਿਹੜੇ ਫੁੱਟ ਸਟੈਪਸ ਨੇ, ਇਹ ਦੇਖੋ, ਹਾਂਜੀ ਦੋਸਤ, ਆਹ ਫੁੱਟ ਸਟੈਪਸ ਨੇ, ਇਹ ਸਿੱਧਾ ਉਸ ਗੁਫਾ ਵੱਲ ਜਾਂਦੇ ਨੇ ਧਿਆਨ ਵਾਲੀ, ਠੀਕ ਹੈ। ਅਤੇ ਇਹ ਇਸਦੇ ਪਿੱਛੇ ਇਹੀ ਕਾਰਨ ਹੈ ਕਿ ਜਦੋਂ ਹੈ ਉਸ ਟਾਈਮ ਜਿਹੜਾ ਹੈਗਾ ਇੱਕ ਸੀੜੀ ਨਹੀਂ ਬਣਾਈ ਗਈ, ਠੀਕ ਹੈ, ਇਹ ਫੁੱਟ ਸਟੈਪ ਦਾ ਸਹਾਰਾ ਲਿਆ ਗਿਆ ਤਾਂ ਕਿ ਕੋਈ ਤੰਗ ਪਰੇਸ਼ਾਨ ਨਾ ਕਰ ਸਕੇ, ਧਿਆਨ ਧਿਆਨ ਕਰਦਿਆਂ ਨੂੰ ਵਗੈਰਾ ਕੋਈ ਨਾ ਆਪੇ। ਹਾਂ ਬਿਲਕੁਲ ਬਿਲਕੁਲ, ਅਤੇ ਇਸ ਦੇ ਸਾਰੇ ਜਿਹੜਾ ਹੈਗਾ ਉੱਪਰ ਚੜ੍ਹਦੇ ਸੀ,
ਧੰਨਵਾਦ ਕਰਨ ਭਾਜੀ। ਕੋਈ ਗੱਲ ਨਹੀਂ ਦੋਸਤੋ, ਦੇਖ ਸਕਦੇ ਹੋ ਪਾਂਡਵਾਂ ਦੀ ਕਰਨ ਭਾਜੀ ਕੀ ਰਸੋਈ ਸੀਗਾ। ਨਹੀਂ ਨਹੀਂ, ਇਹ ਮੰਦਰ ਸੀਗਾ ਧਿਆਨ ਕਕਸ਼, ਧਿਆਨ ਕਕਸ਼ ਜੀ, ਜਿੱਥੇ ਪਾਂਡਵ ਆਪਣੇ ਧਿਆਨ ਕਰਦੇ ਸੀ, ਭਗਵਾਨ ਨੂੰ ਯਾਦ ਕਰਦੇ ਸੀ। ਇਹ ਪਾਂਡਵਾਂ ਦੀ ਦੂਜੀ ਗੁਫਾ ਦੇ ਵਿੱਚ ਇੱਕ ਹੈ, ਇਹਦੇ ਨਾਲ ਹੀ ਤੀਜੀ ਗੁਫਾ ਵੀ ਹੈ। ਪਹਿਲਾਂ ਪੰਜ ਗੁਫਾਵਾਂ ਜਿਵੇਂ ਹੁੰਦੀਆਂ ਸੀ, ਹੁਣ ਤਿੰਨ ਹੀ ਇੱਥੇ ਨੇ। ਇਹ ਪਾਂਡਵਾਂ ਦਾ ਧਿਆਨ ਕਕਸ਼ ਹੈ, ਜਿੱਥੇ ਪਾਂਡਵ ਬੈਠ ਕੇ ਇਸ ਗੁਫਾ ਦੇ ਵਿੱਚ ਸ਼ਿਵ ਭਗਵਾਨ ਦੀ ਆਰਾਧਨਾ ਕਰਦੇ ਸੀ, ਭਗਤੀ ਕਰਦੇ ਸੀ, ਸਮਾਧੀ ਲਾਉਂਦੇ ਸੀ। ਪਾਂਡਵ ਇੱਥੇ ਬੈਠ ਕੇ ਹੀ ਸ਼ਿਵ ਭਗਵਾਨ ਦੀ ਯਾਦ ਕਰਦੇ ਸੀ, ਉਹਨਾਂ ਦੀ ਪੂਜਾ ਕਰਦੇ ਸੀ, ਸਮਾਧੀ ਲਾਉਂਦੇ ਸੀ। ਕਹਿੰਦੇ ਇੱਕ ਸਾਇੰਟੀਫਿਕ ਜਿਹਾ ਹੁੰਦਾ ਨਾ ਕਿ ਸਿੱਧਾ ਰੱਬ ਨਾਲ ਜੋੜਦਾ ਉਹ ਚੀਜ਼। ਆਹ ਦੇਖੋ ਦੋਸਤੋ, ਲਿਖਿਆ ਹੋਇਆ ਪਾਂਡਵ ਧਿਆਨ ਕਕਸ਼। ਇਹ ਤਿੰਨ ਗੁਫਾਵਾਂ ਦੇ ਵਿੱਚ ਦੂਜੀ ਗੁਫਾ ਸੀ। ਫਿਰ ਮੈਂ ਤੁਹਾਨੂੰ ਦੱਸ ਦਿੰਦਾ, ਪਹਿਲੀ ਗੁਫਾ ਉਹ ਸੀ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮੱਥਾ ਟੇਕਿਆ ਸੀ, ਜਿਹਦੇ ਵਿੱਚ ਸ਼ਿਵ ਭਗਵਾਨ ਦਾ ਸ਼ਿਵਲਿੰਗ ਸੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਦੂਜੀ ਕਕਸ਼ ਵਿੱਚ ਆਏ ਹਾਂ, ਜਿੱਥੇ ਪਾਂਡਵ ਧਿਆਨ ਲਾਉਂਦੇ ਸੀ। ਹੁਣ ਅਸੀਂ ਜਾਵਾਂਗੇ ਤੀਜੀ ਕਕਸ਼ ਦੇ ਵਿੱਚ, ਜਿਹੜੀ ਤੀਜੀ ਗੁਫਾ ਇਹਨਾਂ ਦੀ। ਤੁਸੀਂ ਇਹ ਦੇਖ ਸਕਦੇ ਹੋ ਜਿਸ ਤਰ੍ਹਾਂ ਪਹਾੜ ਸੀ ਪੂਰਾ, ਇਹਨਾਂ ਨੇ ਪਹਾੜ ਕੱਟ ਕੱਟ ਕੇ ਇੱਕ ਸੀੜੀਆਂ ਬਣਾਈਆਂ, ਪੌੜੀਆਂ ਬਣਾਈਆਂ ਹੋਈਆਂ ਗੁਫਾ ਨੂੰ ਆਉਣ ਵਾਸਤੇ, ਦੇਖ ਸਕਦੇ ਹੋ, ਠੀਕ ਹੈ। ਇਹ ਸਾਰਾ ਪਹਾੜ ਸੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਪਹਾੜ ਸੀ। ਕਿਸ ਤਰ੍ਹਾਂ ਇਹਨਾਂ ਨੇ ਪੌੜੀਆਂ ਕੱਟ ਕੱਟ ਕੇ ਬਿਲਕੁਲ ਸੀੜੀਆਂ ਬਣਾਈਆਂ ਹੋਈਆਂ ਨੇ। ਇਹ ਸੀੜੀਆਂ ਕੋਈ ਆਮ ਵੀ ਨਹੀਂ ਹੈ, ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਜਾਂ ਹੋਰ ਕਿਤੇ ਹੁੰਦੀਆਂ ਨੇ, ਇਹ ਬਿਲਕੁਲ ਪਹਾੜ ਕੱਟ ਕੇ ਬਣਾਈ ਹੋਈ ਹੈ। ਆਮ ਸੀੜੀਆਂ ਤੁਹਾਨੂੰ ਇੱਦਾਂ ਦੀਆਂ ਮਿਲਣਗੀਆਂ। ਬਸ ਕੋਸ਼ਿਸ਼ ਕਰਨਾ ਤੁਸੀਂ ਆਪਣਾ ਸਿਰ ਬਚਾ ਕੇ ਫਿਰ ਐਂਟਰ ਕਰਨਾ। ਜਦੋਂ ਤੁਸੀਂ ਤੀਜੀ ਗੁਫਾ ਦੇ ਵਿੱਚ ਐਂਟਰ ਕਰੋਗੇ, ਉਦੋਂ ਤੁਸੀਂ ਇਹ ਦੇਖ ਲੈਣਾ ਹੈ ਕਿ ਆਪਣਾ ਗੁਫਾ ਬਹੁਤ ਛੋਟੀ ਹੈ, ਆਪਣਾ ਸਿਰ ਬਚਾ ਕੇ, ਠੀਕ ਹੈ, ਕਿਤੇ ਨੁਕਸਾਨ ਨਾ ਹੋ ਜਾਵੇ, ਚੋਟ ਨਾ ਲੱਗਦੇ, ਰਸਤਾ ਵੀ ਥੋੜ੍ਹਾ ਹੋ ਜਾਵੇ। ਲੋਹੜੀ ਦੀਆਂ ਪੌੜੀਆਂ ਬਣਾ ਕੇ ਗੁਫਾ ਦੇ ਵਿੱਚ ਜਾਣ ਦਾ ਰਸਤਾ ਬਣਾਇਆ ਗਿਆ ਹੈ। ਫਿਰ ਮੈਂ ਦੱਸਦਾ ਤੁਹਾਨੂੰ ਮੁਕਤੇਸ਼ਵਰ ਮੰਦਰ, ਠੀਕ ਹੈ। ਮੁਕਤੇਸ਼ਵਰ ਮੰਦਰ ਹੈ ਜਿੱਥੇ ਅਸੀਂ ਪਹੁੰਚੇ ਹੋਏ ਹਾਂ, ਜਿਸ ਆਪਣੇ ਫਸਟ ਬਲੌਗ ਦੇ ਵਿੱਚ। ਫਿਲਹਾਲ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਸਾਡੇ ਵੀਰ ਦਾ ਇੱਕ ਕੈਂਸਲ ਹੋ ਚੁੱਕਿਆ ਸੀ ਪ੍ਰੋਗਰਾਮ, ਤੋ ਇਸ ਦੇ ਕਾਰਨ ਹੀ ਅਸੀਂ ਫਿਰ ਆਏ ਹਾਂ ਇੱਥੇ। ਦੇਖ ਸਕਦੇ ਇਸ ਸਾਈਡ ਤੁਹਾਨੂੰ ਲੰਗਰ ਖਾਣ ਦੀ ਵਿਵਸਥਾ ਹੈ ਸਾਰੀ, ਠੀਕ ਹੈ। ਉੱਧਰ ਤੁਸੀਂ ਲੰਗਰ ਲੈ ਕੇ ਤੁਸੀਂ ਆਪਣਾ ਲੰਗਰ ਵੀ ਛਕ ਸਕਦੇ ਹੋ, ਠੀਕ ਹੈ। ਉੱਧਰ ਲੰਗਰ ਮਿਲਦਾ ਹੈ, ਬਿਲਕੁਲ ਤੁਸੀਂ ਆਪਣਾ ਲੰਗਰ ਛਕ ਕੇ ਲੰਗਰ ਖਾ ਸਕਦੇ ਹੋ। ਦੋਸਤੋ 250 ਪੌੜੀ ਹੈ, ਉੱਤਰੇ ਤਾਂ ਬੜੇ ਚਾਵਾਂ ਨਾਲ ਸੀ, ਚੜ੍ਹਨਾ ਪੈਣਾ ਹੁਣ। ਬਹੁਤ ਲੰਬਾ ਰਸਤਾ ਹੈ, ਉਤਰਾਈ ਵੇਲੇ ਤੁਹਾਨੂੰ ਕੁਛ ਮਹਿਸੂਸ ਨਹੀਂ ਹੋਵੇਗਾ, ਉਤਰਾਈ ਦਾ ਤੁਹਾਡੀ ਬਹੁਤ ਆਸਾਨ ਹੈ, ਪਰ ਜਦੋਂ ਚੜ੍ਹੋਗੇ ਤੁਹਾਡੀ ਵਾਹ ਵਾਹ ਹੋ ਜਾਏਗੀ, ਮਤਲਬ ਬੱਸ ਹੋ ਜਾਏਗੀ ਤੁਹਾਡੀ, ਚੜ੍ਹਨਾ ਤਾਂ ਪੈਣਾ ਹੀ ਆ। ਜੇ ਮੰਦਰ ਆਏ ਹਾਂ ਅਤੇ 200 ਪੌੜੀਆਂ ਦੀ ਰਿਕਾਰਡਿੰਗ ਪੌੜੀ ਆ, ਤੁਸੀਂ ਵੀ ਜਦੋਂ ਆਓ ਜ਼ਰੂਰ ਦੇਖੋ, ਕੋਈ ਜ਼ਿਆਦਾ ਫਰਕ ਨਹੀਂ ਹੈ। ਉੱਧਰ ਤੁਸੀਂ ਸੁੱਖੇ ਆਓਗੇ, ਜਦੋਂ ਉੱਪਰ ਨੂੰ ਚੜ੍ਹੋਗੇ ਉਦੋਂ ਤੁਹਾਨੂੰ ਦਿੱਕਤ ਆਏਗੀ, ਪ੍ਰੋਬਲਮ ਆਏਗੀ। ਕਰਨ ਭਾਈ ਦੀ ਬੱਸ ਹੋ ਚੁੱਕੀ ਆ, ਪੂਰੀ ਪੂਰੀ ਬੱਸ ਹੋ ਚੁੱਕੀ ਆ, ਮੇਰੀ ਵੀ ਬੱਸ ਹੋ ਚੁੱਕੀ ਆ, ਮੈਨੂੰ ਵੀ ਮੇਰਾ ਵੀ ਸਾਹ ਦੇਣਾ ਸਾਹ ਬਿਲਕੁਲ ਨਹੀਂ ਹੈ, ਬਟ ਭਾਈ ਨੂੰ ਲੇਟਸ ਘਟੇ ਸੀ ਭਾਈ ਦੇ, ਇਸ ਕਰਕੇ ਭਾਈ ਨੂੰ ਦਿੱਕਤ ਆ ਰਹੀ ਹੈ, ਮੇਰਾ ਤਾਂ ਪੇੜ ਹੀ ਵਧਿਆ, ਮੇਰਾ ਕੁਛ ਨਹੀਂ ਘਟਿਆ। ਚਲੋ ਚੱਲਦੇ ਹਾਂ।
दोस्तों देख सकते जिस तरह डैम का पानी वग रहा है, किस तरह इन्होंने डैम के पानी को थोड़ा जहा रोक के ठीक है एक झील टैप बना के रखे हुआ है। नहीं तो तुम देख सकते हो किस तरह उस दूजे पासे डैम का पूरा पानी जोड़ा ना दूजे पासे डैम का पानी लगातार चलेगा, पर मंदिर परिसर ने किस तरह बहुत खूबसूरती ठीक है थोड़ी जी पानी रोक के एक झील टैप बना रखी हुई है। देख सकते हो तुम किस तरह दूजे पासे डैम का पानी पूरी जोर आ रहा है। मुक्तेश्वर धाम के दर्शन हो चुके हैं तो साड़ी बस भी हो गई है। उतर तो गए सी जल्दी पर चढ़ाई वाले बड़ी दिक्कत आई, वो वक्री गल हूँ शरीर ने बिल्कुल साथ देना बंद करता। रोबिन भाजी है ड्राइवर साढ़े यंग ने थोड़े नौजवान ने इस करके इन्हों कोई दिक्कत नहीं हुई। बाकी करण भाजी भी सी भाई दिक्कत आई है चढ़न लग्या उतर लग्या चढ़न लगे भाजी बहुत दिक्कत है। अगर किसी को चढ़ाई ना चढ़ी जाती हो उतरी ना जाती हो फिर भी चढ़ो। नहीं भाई कोई दिक्कत नहीं है, मैं भी ना आया देखो कोई दिक्कत नहीं। साड़ी उम्र दे विच बहुत फर्क आ बहुत फर्क आ। चलो चंगा जी मिलते हैं हम मिनी गोवा निकलन लगे हैं उत्थे जाके मिलते हैं सारे नूं गुड बाय।